ਮੇ ਧੀਆਂ ਦੇ ਨਾਲ ਮੰਦਰ ਦੇ ਵਿੱਚ ਮੱਥਾ ਮੀਆਂ ਬੀਬੀ ਆਪਣੇ ਦੋਵੇਂ ਧੀਆਂ ਦੇ ਨਾਲ ਮੰਦਰ ਦੇ ਵਿੱਚ ਮੱਥਾ ਟੇਕਣ ਜਾਂਦੇ ਨੇ, ਜਿਸ ਤੋਂ ਬਾਅਦ ਆਪਣੀਆਂ ਦੋਵੇਂ ਧੀਆਂ ਦੇ ਨਾਲ ਸਤਲੁਜ ਨਦੀ ਦੇ ਵਿੱਚ ਨਹਾਉਣ ਦੇ ਲਈ ਜਾਂਦੇ ਨੇ ਅਤੇ ਇਸੇ ਦੌਰਾਨ ਨਹਾਉਂਦੇ ਹੋਏ 1.5 ਸਾਲਾ ਬੱਚੀ ਆਪਣੇ ਮਾਂ ਦੇ ਹੱਥੋਂ ਛੁੱਟ ਜਾਂਦੀ ਹੈ ਅਤੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਈ ਹੈ। ਲੜਕੀ ਦੇ ਪਿਤਾ ਨੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕੁੱਦ ਕੇ ਬੱਚੀ ਨੂੰ ਪਕੜਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਹੈ, ਪਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਕੁੜੀ ਰੁੜ ਗਈ ਹੈ। ਪਿਤਾ ਵੀ ਉਸਨੂੰ ਲੱਭਣ ਦੇ ਲਈ ਅੱਗੇ ਵਧਿਆ, ਪਰ ਝਾੜੀਆਂ ਨੂੰ ਪਕੜ ਕੇ ਉਸਨੇ ਆਪਣੀ ਜਾਨ ਬਚਾਈ ਹੈ। ਤਾਂ ਪਰਿਵਾਰ ਦੇ ਵੱਲੋਂ ਤੁਰੰਤ ਹੀ ਗੋਤਾਖੋਰਾਂ ਨੂੰ ਮੌਕੇ 'ਤੇ ਬੁਲਾਇਆ ਗਿਆ ਅਤੇ 1.5 ਸਾਲਾ ਬੱਚੀ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਬੱਚੀ ਨਹੀਂ ਲੱਭ ਸਕੀ ਆ। ਹਾਲਾਂਕਿ ਹਨੇਰਾ ਹੋਣ ਕਾਰਨ ਉਸਨੂੰ ਲੱਭਿਆ ਨਹੀਂ ਜਾ ਸਕਿਆ। ਪਰਿਵਾਰ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਮੌਕੇ 'ਤੇ ਪਹੁੰਚੀ ਹੈ। ਤਾਂ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਨੈਣਾ ਦੇਵੀ ਤਹਿਸੀਲ ਦੇ ਪਲਸੇੜ ਪਿੰਡ ਦੇ ਨਾਲ ਸੰਬੰਧਿਤ ਨੇ। ਉਹ ਪਿੰਡ ਨੰਗਲ ਦੀ ਸ਼ਾਉਲ ਐਵਨਿਊ ਕਲੋਨੀ ਦੇ ਵਿੱਚ ਕਿਰਾਏ ਦੇ ਮਕਾਨ 'ਤੇ ਰਹਿੰਦੇ ਨੇ, ਜਿੱਥੇ ਦੇਰ ਸ਼ਾਮ ਪਰਿਵਾਰ ਮੀਆਂ ਬੀਬੀ ਅਤੇ ਦੋ ਬੱਚੇ ਦੇਰ ਸ਼ਾਮ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਦੇ ਨਾਲ ਦੋਵੇਂ ਬੱਚੇ ਜਿਹੜੇ ਨੇ ਉਹ ਇੱਥੇ ਮੱਥਾ ਟੇਕਣ ਤੋਂ ਬਾਅਦ ਦਰਿਆ ਦੇ ਵਿੱਚ ਨਹਾਉਣ ਦੇ ਲਈ ਪਹੁੰਚ ਜਾਂਦੇ ਨੇ, ਜਿਸ ਦੌਰਾਨ ਕਿ ਬੱਚੀ ਮਾਂ ਦੇ ਕੋਲ ਹੁੰਦੀ ਹੈ ਪਰ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਬੱਚੀ ਰੁੜ ਜਾਂਦੀ ਹੈ। ਤਾਂ ਤੁਰੰਤ ਹੀ ਪਿਤਾ ਦੇ ਵੱਲੋਂ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ, ਪਰ ਬੱਚੀ ਤੇਜ਼ ਵਹਾਅ ਦੇ ਵਿੱਚ ਕਾਫੀ ਅੱਗੇ ਤੱਕ ਚਲੀ ਜਾਂਦੀ ਹੈ। ਪਰਿਵਾਰ ਦੇ ਵੱਲੋਂ ਹੁਣ ਤੁਰੰਤ ਜਿਹੜੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਬੱਚੀ ਨੂੰ ਲੱਭਣ ਦੀ ਜਿਹੜੀ ਜਾਣਕਾਰੀ ਦਿੱਤੀ ਗਈ ਕਿ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਉੱਥੇ ਪਰਿਵਾਰ ਦੇ ਵੱਲੋਂ ਹੁਣ ਲਗਾਤਾਰ ਇਹੀ ਮੰਗ ਕੀਤੀ ਜਾ ਰਹੀ ਹੈ ਕਿ ਬੱਚੀ ਨੂੰ ਲੱਭਿਆ ਜਾਵੇ। ਸਰ ਕੀ ਨਾਮ ਤੁਹਾਡਾ? ਸੁਖਦੇਵ ਜੀ। ਸੁਖਦੇਵ ਜੀ, ਕੀ ਮਾਮਲਾ? ਮਾਮਲਾ ਸਰ ਉਹੀ ਹੈ, ਬੇਟੀ ਵਾਲਾ, ਛੋਟੀ ਬੇਟੀ 1.5 ਸਾਲ ਦੀ ਜੀ, ਦੋਨੋਂ ਜਾਣੇ ਇਕੱਠੇ ਬਾਬਾ ਊਧ ਦੇ ਮੰਦਰ ਮੱਥਾ ਟੇਕਣ ਗਏ ਸੀ। ਅਚਾਨਕ ਉਹਨਾਂ ਦਾ ਥੋੜ੍ਹਾ ਜਿਹਾ ਕੋਈ ਪ੍ਰੋਬਲਮ ਸੀ, ਉਹ ਕਹਿੰਦੇ ਇੱਥੇ ਨਹਾ ਕੇ ਥੋੜ੍ਹਾ ਕਹਿੰਦੇ ਕੋਈ ਬਿਮਾਰੀ ਦਾ ਹੱਲ ਵੀ ਹੋ ਜਾਂਦਾ ਹੈ, ਅਤੇ ਉੱਥੇ ਨਹਾਉਣ ਲੱਗੇ ਅਤੇ ਬੇਟੀ ਥੋੜ੍ਹੀ ਹੱਥ 'ਤੇ ਛੁੱਟੀ ਅਤੇ ਬੇਟੀ ਲੱਗੀ ਬਹਿਣ 'ਤੇ ਥੋੜ੍ਹਾ ਉਹਨੂੰ ਵੀ ਪਿੱਛੇ ਛਲਾਂਗ ਲਾਈ ਅਤੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਫੜੀ ਵੀ ਉਹਨੇ, ਪਰ ਦੁਬਾਰਾ ਪਾਣੀ ਦਾ ਵਹਾਅ ਇਤਨਾ ਜ਼ਿਆਦਾ ਤਾ ਕਿ ਹੱਥ 'ਤੇ ਬੇਟੀ ਫਿਰ ਦੁਬਾਰਾ ਛੁੱਟ ਗਈ ਅਤੇ ਉਹ ਵੀ ਆਪਣੇ ਕਾਫੀ ਅੱਗੇ ਜਾ ਕੇ ਲੱਗੇ, ਉਹਨਾਂ ਨੇ ਵੀ ਆਪਣੀ ਜਾਨ ਬੜੇ ਜ਼ੋਰ ਨਾਲ ਬਚਾਈ। ਇਹ ਸਾਡਾ ਪਿੰਡ ਹੈ ਜੀ ਪਲਸੇੜ, ਡਾਕਖਾਨਾ ਲਹਿੜੀ ਹੈ ਜੀ, ਅਤੇ ਤਹਿਸੀਲ ਸਾਡੀ ਸ਼੍ਰੀ ਨੈਣਾ ਦੇਵੀ ਅਤੇ ਜ਼ਿਲ੍ਹਾ ਸਾਡਾ ਹੈਗਾ ਜੀ ਬਿਲਾਸਪੁਰ। ਮਿਲਿਆ ਨਹੀਂ, ਪਤਾ ਨਹੀਂ ਲੱਗਿਆ। ਇਹ ਸਰ ਘਰ ਹੀ ਹੈ, ਘਰ ਦਾ ਹੀ ਕੰਮ ਕਰਦੇ। ਹਾਂਜੀ, ਮਦਰ ਵੀ ਘਰ ਦੇ ਬੱਚਿਆਂ ਦੀ ਦੇਖ ਰੇਖ ਕਰਦੀ ਹੈ। ਹਾਂਜੀ ਹਾਂਜੀ, ਮੇਰਾ ਨਾਮ ਸ਼ਾਦੀ ਰਾਮ। ਮੈਂ ਤਾਂ ਦਿੱਲੀ ਤੇ ਆ ਰਿਹਾ ਰਿਹਾ, ਮੈਨੂੰ ਤਾਂ ਇੱਥੇ ਹੀ ਆ ਕੇ ਪਤਾ ਲੱਗਿਆ ਕਿ ਉਹ ਮੇਰਾ ਬੇਟਾ ਔਰ ਬਹੂ ਦੋਨੋਂ ਇੱਥੇ ਨਹਾਉਣ ਗਏ ਉਹ ਦੋ ਮੰਦਰ। ਉੱਥੇ ਜਦ ਉਹ ਸੀੜੀਆਂ 'ਤੇ ਨਹਾਉਣ ਲੱਗੇ ਬੱਚੀ, ਉਦੋਂ ਬੱਚੀ ਹੱਥ 'ਤੇ ਗਿਰ ਗਈ ਉਹ ਵਿੱਚ, ਫਿਰ ਉਹਨੂੰ ਮੁੰਡੇ ਨੇ ਟਰਾਈ ਮਾਰੀ, ਇੱਕ ਵਾਰੀ ਫੜੀ ਵੀ ਕਹਿੰਦੇ ਜੋ ਸਾਨੂੰ ਦੱਸਿਆ ਇਹਨਾਂ ਨੇ, ਕਿਉਂਕਿ ਮੈਂ ਔਨ ਸਪੋਰਟ ਤਾਂ ਥਾ ਲੈਂਦਾ ਕਿ ਇਹਨਾਂ ਨੇ ਪਕੜੀ, ਉਹ ਜਦ ਪਕੜਨ ਦੇ ਬਾਅਦ ਫਿਰ ਉਹ ਛੁੱਟ ਗਈ ਹੱਥ 'ਤੇ 1.5 ਸਾਲ ਦੀ। ਉਹਦਾ ਨਾਮ ਅਨਿਆਏ, ਇਹ ਸਾਦੇ ਅਸੀਂ ਨੰਨੀਆਂ ਬੋਲ ਰਹੇ। ਭਾਰਤ ਭੂਸ਼ਣ, ਨੀਲਮ ਕੁਮਾਰੀ ਰਾਣੀ ਸਾਦੇ, ਵੈਸੇ ਉਸ ਨਾਮ ਦੋ।
ਦੋਨੋਂ ਬੇਟੀਆਂ ਹਾਂਜੀ ਹਾਂਜੀ ਨਹੀਂ 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 ਬੜੀ 4 ਸਾਲ ਦੀ ਉਹ ਵੀ ਨਾਲ ਗਈ ਸੀ ਨਾਲ ਅਤੇ 1.5 ਸਾਲ ਦੀ ਹਾਂਜੀ ਪੁਲਿਸ ਕੋਲ ਤਾਂ ਅਸੀਂ ਇਹੀ ਰਿਕੁਐਸਟ ਕਰਦੇ ਕਿ ਅਗਰ ਸਾਨੂੰ ਡੈੱਡ ਬੋਡੀ ਜਾਂ ਕੁਛ ਮਿਲ ਜਾਏ ਤਾਂ ਕਮ ਸੇ ਕਮ ਥੋੜ੍ਹੀ ਮਨ ਨੂੰ ਤਸੱਲੀ ਹੋ ਜਾਣੀ ਕਿ ਗੋਤਾਖੋਰ ਇਹ ਲਗਾਏ ਥੇ ਜੀ ਕਮਲ ਦੀ ਟੀਮ ਕਮਲ ਤਾਂ ਖੁਦ ਕੋਰਟ ਗਿਆ ਥਾ ਮੈਂ ਗੱਲ ਕੀਤੀ ਉਹਦੇ ਨਾਲ ਉਹਦੇ ਬਾਅਦ ਉਹਦੇ ਜਿਹੜੀ ਸਹਾਇਕ ਟੀਮ ਤੀ ਉਹ ਲੱਗੀ ਉਹਨਾਂ ਨੇ ਕਾਫੀ ਟਰਾਈਪ ਕੀਤੀ ਲੇਕਿਨ ਹਜੇ ਕੁਛ ਨਹੀਂ ਹੱਥ ਲੱਗਿਆ ਉਹਦੇ ਲੜਕੀ ਦੇ ਪੇਰੈਂਟਸ ਸਾਡੇ ਕੋਲ ਆਏ ਇਹਨੇ ਸਾਨੂੰ ਦੱਸਿਆ ਕਿ ਮੱਥਾ ਟੇਕਣ ਗਏ ਸੀਗੇ ਬਾਬਾ ਉਹਦੇ ਮੰਦਰ ਨੰਗਲ 'ਚ ਉੱਥੇ ਵੀ ਲੜਕੀ ਨੂੰ ਜਿੱਦਾਂ ਇਸ਼ਨਾਨ ਕਰਾਉਣ ਲੱਗੇ ਜਾਂ ਦੇਖਣ ਲੱਗੇ ਉੱਥੇ ਤੇਲ ਦੱਸਦੇ ਹੈਗੇ ਤੇਲ ਡਿੱਲਾ ਅਤੇ ਉਹਦਾ ਪੈਰ ਫਲਿੱਪ ਕਰਕੇ ਫਲਿੱਪ ਕਰ ਗਈ ਉਹ ਮੌਕੇ 'ਤੇ ਵੈਸੇ ਵੀ ਭਾਲ ਕੀਤੀ ਨਹੀਂ ਲੱਭੀ ਹੈ ਸਾਡੇ ਵੱਲੋਂ ਵੀ ਜਿਹੜੀਆਂ ਦੂਜੀ ਟੀਮਾਂ ਤਿਆਰ ਕੀਤੀਆਂ ਨਗੋਤਾਖੋਰ ਵਗੈਰਾ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੈ ਪਰ ਹਨੇਰਾ ਹੋਣ ਕਰਕੇ ਨਹੀਂ ਪਤਾ ਲੱਗ ਸਕਦਾ ਜੀ ਹੁਣ ਬਾਕੀ ਇਹਨਾਂ ਦੀ ਜਿਹੜੀ ਰਫਟ ਦਰਜ ਕਰ ਲਈ ਹੈ ਅਸੀਂ ਅਤੇ ਲੜਕੀ ਦੀ ਭਾਲ ਜਾ ਰਹੀ ਹੈ ਜਿੱਦਾਂ ਵੀ ਟ੍ਰਿਫ ਹੋਊਗੀ ਅਗਲੀ ਕਾਰਵਾਈ ਲੈਂਦੀ ਜਾਊਗੀ ਬਿਲਕੁਲ ਜੀ ਸਵੇਰੇ ਫਿਰ ਟੀਮ ਨਾਲ ਤਿਆਰ ਹੈ ਸਾਡੇ ਬੰਦੇ ਨਾਲ ਜਾਣਗੇ ਜਿੰਨੀ ਜਲਦੀ ਹੋ ਸਕੇ ਆਪਾਂ ਲੜਕੀ ਦੀ ਲਾਸ਼ ਬਰਾਮਦ ਕਰਾਂਗੇ ਅਤੇ ਅਗਲੀ ਕਾਰਵਾਈ ਲੈਂਦੇ ਕਾਰਵਾਈ